स्टोरी आप कर रहे सी अंग संग ठीक है कि जो ओनू अपने पिता बारे पता लग जाता है कि उसके पिता ने मरण तो बाद विच किस तरह अपनी जमीन जड़ी सी ओ सारी ने सारी गहने पा दी सी ते किदा सारे दा जिम्मेवारी ओदे मोढ़िया ते आ गई सी अमरीक सिंह दे मोढ़िया ते ठीक है। सो नेक्स्ट देखो इसलिए इस सारे कुछ लई पैसे की लोड़ सी जदों ओनू कहिंदे हन ना कि तू सारिआं दा फर्ज तू ही अदा करना है सारिआं नूं तू ही जिम्मेवारी है तेरी जिम्मेदारी है तू ही देखना है सब नूं ते फिर उन्हों लगता है कि हुण लोड़ां पूरियां किदां कीतीआं जाण ठीक है। अमरीक सिंह नूं इह फील हुंदा है लोड़ां किदीआं पूरियां कीतीआं जाण फिर उन्हों लगता है कि जिहड़ी उहदे प्यो दी जमीन सी क्यों ना उह उत्थे ही दुबारा खेतीबाड़ी दा काम शुरू कर देवे ठीक है। इस सारे कुछ लई पैसे दी लोड़ सी अमरीक सोचदा सी कि हुण आप वाही वल ध्यान देगा ते सारियां लोड़ां पूरियां होणगीआं। दो ढाई किले होर कुड़ियां दे विआह ते उस दे प्यो ने गहने कर दित्ते सन। उसका ख्याल सी बचदे पंजां छेआं किलिआं विच जे उह खाद आदि पा के फसल बीजा करनगे तां घर दा गुजारा तुर पएगा। हुण उह सारी तनखाह अपने हत्थीं वरत्या करू। अगे तां सारी तनखाह खेरू खेरू हो जांदी सी। उसनूं आस सी जे हुण महिंदर वाही विच चंगी तरह ध्यान दे तां हौली हौली उह जमीन वी छुड़वा लवेगा ठीक है। ਹੁਣ ਲੱਗਦਾ ਸੀ ਕਿ ਜ਼ਿੰਮੇਦਾਰੀ ਪੂਰੀ ਕਰਨੀ ਹੈ ਤਾਂ ਕਿ ਉਹ ਨਾ ਆਪਣੀ ਸਰਕਾਰੀ ਨੌਕਰੀ ਦੇ ਨਾਲ ਨਾਲ ਖੇਤੀਬਾੜੀ ਵੱਲ ਵੀ ਧਿਆਨ ਦਿੱਤਾ ਜਾਵੇ। ਉਹਦੇ ਦਿਮਾਗ ਵਿੱਚ ਚੱਲ ਰਿਹਾ ਸੀਗਾ ਕਿ ਸ਼ਾਇਦ 5-6 ਕਿੱਲੇ ਹੋਣਗੇ ਜਿਨ੍ਹਾਂ ਤੇ ਉਹ ਖੇਤੀ ਕਰ ਸਕੇਗਾ, ਪਰ ਅੱਗੋ ਅੱਗੋ ਉਹਨੂੰ ਪਰਿਵਾਰ ਦੇ ਫੈਮਿਲੀ ਮੈਂਬਰਸ ਤੋਂ ਪਤਾ ਲੱਗੀ ਜਾਣਾ ਹੈ ਕਿ ਹੁਣ ਜਿਹੜਾ ਹੈ ਉਹ ਥੋੜ੍ਹੀ ਬਹੁਤੀ ਜ਼ਮੀਨ ਹੀ ਬਚੀ ਹੈ, ਉਨੀ ਜ਼ਮੀਨ ਵੀ ਨਹੀਂ ਬਚੀ ਠੀਕ ਹੈ। ਸਵੇਰੇ ਉਸਨੇ ਨੌਕਰੀ ਤੇ ਤੁਰ ਜਾਣਾ ਸੀ, ਇਸ ਲਈ ਉਸਨੇ ਛੋਟੇ ਭਰਾ ਮਹਿੰਦਰ ਨਾਲ ਵਾਹੀ ਬਾਰੇ ਗੱਲ ਕਰ ਲਈ। ਮਿੰਦਰਾ ਤਕੜਾ ਹੋ ਕੇ ਕੰਮ ਨੂੰ ਪੈ ਜਾ, ਮੈਂ ਹਫ਼ਤੇ 10 ਦਿਨੀ ਗੇੜਾ ਮਾਰ ਜਾਇਆ ਕਰੂੰ। ਉਹ ਕਿਹੜੀ ਜੀਤੇ ਹੁਰਾਂ ਕੋਲ ਪੈਲੀ ਗਹਿਣੇ ਆ, ਉਸ ਲਾਈਨ ਵਾਲੇ ਬਚਦੇ ਪੌਣੇ ਕਿਲੇ ਵਿੱਚ ਪੱਠੇ ਬੀਜ ਛੱਡੀ ਵਾਹ ਕੇ ਮੈਂ ਪਰਸੋਂ ਵੇਖ ਕੇ ਆਇਆ, ਉਰਲੀ ਪੈਲੀ 'ਚ ਝੋਨਾ ਲਾਵਾਂਗੇ ਠੀਕ ਹੈ ਨਾ ਠੀਕ ਹੈ। ਪੈਲੀ ਮਤਲਬ ਜ਼ਮੀਨ ਖੇਤ ਦਾ ਹਿੱਸਾ, ਝੋਨਾ ਰਾਈਸ ਠੀਕ ਹੈ। ਹੁਣ ਉਹ ਕਹਿੰਦਾ ਹੈ ਕਿ ਜਿਹੜੀ ਜ਼ਮੀਨ ਹੈ, ਇੱਕ ਹੋਰ ਨਾਮ ਆ ਗਿਆ ਇਹਦਾ ਜੀਤਾ ਠੀਕ ਹੈ। ਜੀਤੇ ਦੇ ਨਾਲ ਉਹਨਾਂ ਦੀ ਜ਼ਮੀਨ ਲੱਗਦੀ ਸੀਗੀ, ਉਹਨੂੰ ਲੱਗਦਾ ਸੀਗਾ ਕਿ ਜਿਹੜੀ ਉਹ ਜ਼ਮੀਨ ਹੈ ਉਹਦੇ ਨਾਲ ਦੀ ਜ਼ਮੀਨ ਜਿਹੜੀ ਹੈ ਉਹ ਖਾਲੀ ਹੈ ਤੇ ਉੱਥੇ ਤੂੰ ਝੋਨਾ ਲਾ ਦੇਵੀਂ ਤਾਂ ਮੈਂ ਕਦੀ ਕਦਾਈ ਆ ਕੇ ਗੇੜਾ ਮਾਰ ਲਿਆ ਕਰੂੰਗਾ ਠੀਕ ਹੈ। ਸੋ ਇਹਦੇ ਵਿੱਚ ਇੱਕ ਕੁਐਸਚਨ ਬਣ ਸਕਦਾ ਹੈ ਕਿ ਅਮਰੀਕ ਸਿੰਘ ਮਹਿੰਦਰ ਨੂੰ ਖੇਤੀ ਕਰਨ ਬਾਰੇ ਕਿਉਂ ਕਹਿੰਦਾ ਹੈ। ਅਮਰੀਕ ਸਿੰਘ ਮਹਿੰਦਰ ਨੂੰ ਖੇਤੀ ਕਰਨ ਬਾਰੇ ਕਿਉਂ ਕਹਿੰਦਾ ਹੈ, ਕਿਉਂ ਕਹਿੰਦਾ ਹੈ ਕਿ ਉਹਨੂੰ ਲੱਗਦਾ ਹੈ ਕਿ ਜ਼ਿੰਮੇਦਾਰੀ ਮੈਂ ਨਿਭਾਉਣੀ ਹੈ ਤਾਂ ਉਹ ਪੈਸੇ ਤਨਖਾਹ ਦੇ ਨਾਲ ਹੀ ਨਹੀਂ ਸਰਨਾ, ਸਗੋਂ ਹੁਣ ਉਹਨੂੰ ਆਪ ਖੇਤੀਬਾੜੀ ਕਰਨੀ ਪਏਗੀ ਤੇ ਜਿਹੜੀ ਉਹਦੀ ਜ਼ਮੀਨ ਹੈ ਉੱਥੇ ਉਹ ਖੇਤੀਬਾੜੀ ਕਰਨੀ ਸ਼ੁਰੂ ਕਰ ਦੇਵੇ ਠੀਕ ਹੈ। ਮਹਿੰਦਰ ਚੁੱਪ ਰਿਹਾ, ਮਹਿੰਦਰ ਮਤਲਬ ਭਰਾ ਉਹਦਾ ਮਹਿੰਦਰ, ਆਕਾਸ਼ ਵਿੱਚ ਤਾਰਿਆਂ ਨੂੰ ਘੂਰਦਾ ਰਿਹਾ ਤੇ ਫਿਰ ਪਾਸਾ ਬਦਲ ਕੇ ਲੰਮਾ ਪੈ ਗਿਆ, ਜਿਵੇਂ ਉਹ ਜਾਣ ਬੁੱਝ ਕੇ ਨਾ ਬੋਲਣਾ ਚਾਹੁੰਦਾ ਹੋਵੇ। ਅਮਰੀਕ ਫਿਰ ਬੋਲਿਆ ਤਾਂ ਜਾਗੀਰ ਕੌਰ ਨੇ ਕਿਹਾ ਉਹ 1.25 ਕਿੱਲਾ ਤਾਂ ਪਿਛਲੇ ਸਾਲ ਦਾ ਗਹਿਣੇ ਕਰ ਦਿੱਤਾ ਹੋਇਆ ਹੈ। ਮਤਲਬ ਹੁਣ ਉਹਨੂੰ ਕੀ ਲੱਗਦਾ, ਹੁਣ ਸੱਚਾਈ ਦਾ ਹੌਲੀ ਹੌਲੀ ਪਤਾ ਲੱਗੇਗਾ ਕਿ ਜਿਹੜੇ ਉਹ 1.25 ਕਿੱਲੇ ਦੀ ਗੱਲ ਕਰ ਰਿਹਾ ਹੈ ਠੀਕ ਹੈ, ਉਹ ਤਾਂ ਦੇ ਦਿੱਤਾ ਉਹਨਾਂ ਨੇ ਗਹਿਣੇ ਪਾ ਦਿੱਤਾ ਸੀ ਉਹਦੇ ਪਿਤਾ ਨੇ ਪਿਛਲੇ ਸਾਲ ਦਾ ਹੀ, ਕਿਹੜਾ ਉਤਲਾ ਆਹੋ। ਕਿਉਂ ਉਹਦੀ ਆਵਾਜ਼ ਵਿੱਚ ਗੁੱਸਾ ਸੀ, ਆ ਤੇਰੀ ਭੈਣ ਦੀ ਸੱਸ ਦੇ ਇਕੱਠ ਤੇ ਜਦੋਂ ਗਏ ਸਾਂ, ਇਕੱਠ ਮਤਲਬ ਉਹਦੀ ਜਿਹੜੀ ਵੱਡੀ ਭੈਣ ਸੀ ਉਹਦੀ ਸੱਸ ਮਰ ਗਈ ਸੀ ਤਾਂ ਉਦੋਂ ਭੋਗ ਵਗੈਰਾ ਤੇ ਗਏ ਸੀ ਤਾਂ ਉਦੋਂ ਉਹਨਾਂ ਨੇ ਕਿੱਲੇ ਜਿਹੜਾ ਸੀ ਉਹ ਕਿੱਲਾ ਸੀ ਉਹ ਦੇ ਦਿੱਤਾ ਸੀਗਾ। ਮਾਂ ਦੱਬੀ ਹੋਈ ਆਵਾਜ਼ ਵਿੱਚ ਬੋਲੀ। ਅਮਰੀਕ ਨੇ ਸੋਚਿਆ ਹੁਣ ਖਿੱਜਣ ਦਾ ਕੀ ਫਾਇਦਾ ਸੀ, ਪਹਿਲਾਂ ਆਪ ਘਰ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਜ਼ਮੀਨ ਗਹਿਣੀ ਨਾ ਪੈਂਦੀ। ਉਹ ਇਸਨੂੰ ਹੋਣੀ ਸਮਝ ਕੇ ਪੀ ਗਿਆ, ਮਤਲਬ ਰੱਬ ਦਾ ਭਾਣਾ ਸਮਝ ਕੇ ਪੀ ਲਿਆ ਕਿ ਹੁਣ ਉਹ ਕੁਛ ਨਹੀਂ ਕੀਤਾ ਜਾ ਸਕਦਾ। ਤੇ ਪਿੱਛੇ ਪੈਲੀ ਕਿਹੜੀ ਰਹਿ ਗਈ ਫਿਰ, ਉਸਨੂੰ ਜਿਵੇਂ ਖਲਾਅ ਨੂੰ ਪੁੱਛਿਆ, ਕੋਈ ਜਵਾਬ ਨਾ ਆਇਆ। ਉਧਰੋਂ ਖਾਦ ਦੇ ਪੈਸੇ ਦੇਣੇ ਆ, ਪਤਾ ਨਹੀਂ ਕਿੱਥੇ ਖਾਦ ਪਾਉਂਦੇ ਰਹੇ, ਜੇ ਫਸਲ ਤਾਂ ਕਦੀ ਖਾਣ ਜੋਗੀ ਆਈ ਨਹੀਂ। ਉਹ ਆਪ ਹੀ ਬੁੜਬੁੜ ਕਰਕੇ ਚੁੱਪ ਹੋ ਗਿਆ, ਮਤਲਬ ਆਪਣੇ ਆਪ ਵਿੱਚ ਹੀ ਗੱਲਾਂ ਕਰੀ ਗਿਆ ਕਿ ਇੰਨੀ ਜ਼ਿਆਦਾ ਫਸਲ ਦਾ, ਇੰਨੀ ਜ਼ਿਆਦਾ ਪੈਲੀ ਦਾ, ਜ਼ਮੀਨ ਦਾ ਉਹਦੇ ਪਿਤਾ ਨੇ ਕੀਤਾ ਕੀ ਠੀਕ ਹੈ। ਕਿਉਂਕਿ ਉਹਨੇ ਗਹਿਣੇ ਵੀ ਪਾ ਦਿੱਤੇ ਸੀ, ਪੈਸੇ ਵੀ ਉਹਦੇ ਹੱਥ ਵਿੱਚ ਆਈ ਜਾਂਦੇ ਸਨ, ਫਿਰ ਉਹ ਪੈਸੇ ਦਾ ਕਰ ਕੀ ਰਿਹਾ ਸੀ। ਖਾਦ ਤਾਂ ਅੱਗੇ ਨਕਦ ਵੇਚ ਕੇ ਪੈਸੇ ਵੱਟ ਕੇ ਵਰਤ ਲਏ ਸਨ, ਖੇਤ 'ਚ ਕਿੱਥੇ ਪਈ ਸੀ, ਮਹਿੰਦਰ ਪਹਿਲੀ ਵਾਰੀ ਬੋਲਿਆ। ਉਹਦੀ ਆਵਾਜ਼ ਵਿੱਚ ਪਤਾ ਨਹੀਂ ਸੀ ਕਿ ਲੱਗਦਾ ਨਿਰਲੇਪਤਾ ਸੀ ਜਾਂ ਭੁੜਕਣ। ਨਿਰਲੇਪਤਾ ਮਤਲਬ ਕਿ ਉਹ ਗੱਲ ਉਹਦੇ ਵੱਲ ਦੀ ਕਰ ਰਿਹਾ ਸੀਗਾ ਜਾਂ ਉਹਦੇ ਤੇ ਕੋਈ ਗੁੱਸਾ ਨਿਕਾਲ ਰਿਹਾ ਸੀ। ਅਮਰੀਕ ਨੂੰ ਇਹ ਸੁਣ ਕੇ ਅੰਦਰੋਂ ਵੱਟ ਚੜਿਆ, ਮੈਂ ਆਨਾ ਤੁਸੀਂ ਇੰਨੇ ਪੈਸੇ ਵਰਤਦੇ ਕਿੱਥੇ ਰਹੇ ਜੇ।
ਮਾਤਾ ਤੂੰ ਸਭ ਕੁਝ ਸਾਥੋਂ ਲੁਕਾਉਂਦੀ ਰਹੀ ਹੈ, ਉਸ ਦੀ ਆਵਾਜ਼ ਵਿੱਚ ਮਾਂ ਪ੍ਰਤੀ ਦਮਦਮਾ ਜਿਹਾ ਗੁੱਸਾ ਸੀ। ਉਹਨੂੰ ਲੱਗਦਾ ਸੀਗਾ ਕਿ ਮਾਂ ਇਹਨਾਂ ਅਮਰੀਕ ਸਿੰਘ, ਕਿਉਂਕਿ ਨੌਕਰੀ ਕਰਦਾ ਸੀ ਤੇ ਉਹ ਘਰੋਂ ਬਾਹਰ ਰਹਿੰਦਾ ਸੀ, ਤਾਂ ਉਹਨੂੰ ਲੱਗਦਾ ਸੀਗਾ ਕਿ ਮਾਤਾ ਜਿਹੜੀ ਹੈ ਉਹਦੀ ਪੈਸੇ ਉਹਨੂੰ ਸਹੀ ਤਰ੍ਹਾਂ ਨਾਲ ਕੁਝ ਦੱਸੀ ਨਹੀਂ, ਸ਼ਾਇਦ ਉਹ ਤੋਂ ਕੁਝ ਲੁਕੋ ਰਹੀ ਹੋਵੇ। ਮੈਂ ਕੀ ਲੁਕਾਉਂਦੀ ਰਹੀ ਹਾਂ, ਤੂੰ ਤਾਂ ਘਰ ਦਾ ਖਹਿੜਾ ਹੀ ਛੱਡਿਆ ਹੋਇਆ ਸੀ। ਉਹ ਮਨ ਮਰਜ਼ੀ ਕਰਦਾ ਸੀ, ਉਹਦੇ ਅਮਲ ਦਾ ਇੰਨਾ ਖਰਚਾ ਘਰੋਂ ਹੀ ਤਾਂ ਹੁੰਦਾ ਸੀ, ਤੂੰ ਅਣਜਾਣ ਤਾਂ ਨਾ ਬਣ। ਉਹ ਦੰਦ ਕੁੱਟੀ ਲੰਮਾ ਪਿਆ ਰਿਹਾ, ਇੰਨਾ ਪੈਸਾ ਉਹ ਕਿਵੇਂ ਉਤਾਰੇਗਾ, ਵਾਹੀ ਕਿਵੇਂ ਤੋਰੇਗਾ, ਝੋਨੇ ਲਈ ਖਾਦ ਵੀ ਚਾਹੀਦੀ ਸੀ। ਮੱਖਣ ਸੂ ਵੀ ਇੱਕ ਪ੍ਰਨੋਟ ਲਈ ਫਿਰਦਾ ਜੇ ਮੈਨੂੰ ਵਿਖਾਉਂਦਾ ਸੀ, ਭਾਈਏ ਨੇ ਉਸ ਤੋਂ ਵੀ 500 ਰੁਪਇਆ ਵਿਆਜੀ ਫੜਿਆ ਹੋਇਆ ਸੀ। ਹੁਣ ਇੱਥੇ ਇੱਕ ਹੋਰ ਪਰਸਨ ਦਾ ਨਾਮ ਆਇਆ, ਮੱਖਣ ਸਿੰਘ। ਠੀਕ ਹੈ, ਪ੍ਰਨੋਟ ਮਤਲਬ ਕਿ ਇੱਕ ਇੱਦਾਂ ਦਾ ਕਾਗਜ਼ ਜਿਹਦੇ ਵਿੱਚ ਉਹਦੇ ਭਾਈਆ ਭਾਈਆ ਮਤਲਬ ਉਹਨਾਂ ਦਾ ਪਿਤਾ ਕਰਤਾਰ ਸਿੰਘ ਨੇ ਜਿਹੜਾ ਕਰਜ਼ਾ ਲਿਆ ਸੀਗਾ ਉਹਦਾ ਵੀ ਉਸ ਕਾਗਜ਼ ਤੇ ਪ੍ਰੋਪਰ ਬਿਓਰਾ ਦਿੱਤਾ ਹੋਇਆ ਸੀ। ਉਹਦੇ ਤੋਂ ਕਿੰਨੇ ਰੁਪਏ ਫੜੇ ਸੀ ਉਹਨੇ? 500 ਰੁਪਇਆ ਵਿਆਜ ਤੇ। ਮੈਨੂੰ ਆਂਦਾ ਸੀ ਤੇਰੇ ਭਰਾ ਨਾਲ 17ਵੀਂ ਤੋਂ ਪਿੱਛੋਂ ਹੀ ਗੱਲ ਕਰੂੰ। ਮਹਿੰਦਰ ਨੇ ਇੱਕ ਹੋਰ ਭੇਦ ਇਸ ਤਰ੍ਹਾਂ ਖੋਲਿਆ ਜਿਵੇਂ ਮੱਥੇ ਵਿੱਚ ਕੁਝ ਪਟਕ ਕੇ ਮਾਰੀਦਾ। ਹੁਣ ਹੌਲੀ ਹੌਲੀ ਉਹ ਭੇਦ ਖੋਲੀ ਜਾ ਰਹੇ ਸਨ। ਲਾਹੌਰ ਸੁਣ ਲਓ ਮੈਂ ਆਨਾ, ਸਭ ਪਾਸੇ ਦੇਣਾ ਇਹ ਦੇਣਾ। ਅਮਰੀਕ ਉੱਠ ਕੇ ਬੈਠ ਗਿਆ, ਪਹਿਲਾਂ ਤੇ ਉਹ ਗੁੱਸੇ ਵਿੱਚ ਭਰ ਗਿਆ, ਪਰ ਫਿਰ ਹੌਲੀ ਹੌਲੀ ਉਹਦੇ ਮੱਥੇ ਦੀਆਂ ਕੱਸੀਆਂ ਹੋਈਆਂ ਨਾੜਾਂ ਢਿੱਲੀਆਂ ਪੈ ਗਈਆਂ। ਉਸ ਸੋਚਿਆ ਇਸ ਸਭ ਕੁਝ ਨੂੰ ਪ੍ਰਵਾਨ ਕਰਨਾ ਹੀ ਪੈਣਾ ਸੀ, ਤੇ ਫਿਰ ਉਹ ਫਿੱਕਾ ਜਿਹਾ ਹੱਸ ਕੇ ਬੋਲਿਆ, ਉਹ ਬਾਬਾ ਇੱਕ ਵਾਰ ਦੱਸ ਦਿਓ ਕਿਹਦਾ ਕਿਹਦਾ ਕੀ ਦੇਣਾ ਹੈ, ਹੌਲੀ ਹੌਲੀ ਕਿਉਂ ਲੱਗਿਓ? ਤੇ ਫਿਰ ਉਹ ਆਪ ਹੀ ਬੋਲਿਆ, ਨਾਲੇ ਘਰ ਗਵਾਇਆ ਨਾਲੇ ਭੜੂਆ ਖਵਾਇਆ। ਮਤਲਬ ਇੱਕ ਕਹਾਵਤ ਹੈ ਕਿ ਘਰ ਵੀ ਗਿਆ, ਠੀਕ ਹੈ, ਤੇ ਉੱਪਰ ਉਹਦੀ ਕੁਛ ਪੱਲੇ ਵੀ ਨਹੀਂ ਬਚਿਆ। ਲੋਕੀ ਸੌ ਸੌ ਗੱਲਾਂ ਕਰਦੇ ਨੇ, ਧਰਮ ਨਾਲ ਜੀ ਕਰਦਾ, ਧਰਤੀ ਚ ਨਿਗਰ ਜਾਈਏ, ਨਿਗਰ ਮਤਲਬ ਧਰਤੀ ਵਿੱਚ ਹੀ ਵਸ ਜਾਈਏ। ਜਦੋਂ ਸੁਣੀਦਾ ਉਹ ਪੀ ਕੇ ਉਸ ਮੋੜ ਤੇ ਪਿਆ ਸੀ, ਕਦੀ ਉਸ ਮੋੜ ਤੇ। ਨਮੋਸ਼ੀ ਦੀ ਗੱਲ ਸੁਣਦਿਆਂ ਹੀ ਵੱਡੀ ਕੁੜੀ ਬੋਲੀ, ਸੱਚ ਭਾਜੀ ਅਸੀਂ ਤਾਂ ਤੁਹਾਨੂੰ ਡਰਦੇ ਦੱਸਦੇ ਨਹੀਂ ਸਾਂ। ਭਾਈਆ ਤੇ ਹੁਣ ਸੱਚੀ ਪੁੱਠੇ ਕੰਮੇ ਉੱਤਰ ਆਇਆ ਸੀ। 2-3 ਮਹੀਨੇ ਹੋਏ ਘਰੋਂ ਪਤੀਲਾ ਚੁੱਕ ਕੇ ਕਿ ਚੈਂਚਲ ਕਲੀ ਵਾਲੇ ਕੋਲ ਵੇਚ ਦਿੱਤਾ। ਅਸੀਂ ਲੱਭਦੇ ਫਿਰੀਏ, ਪਿੱਛੋਂ ਪਤਾ ਲੱਗਾ, ਫਿਰ ਚੈਂਚਲ ਤੋਂ ਮੋੜ ਕੇ ਆਉਂਦਾ ਪੈਸੇ ਦੇ ਕੇ। ਮਤਲਬ ਹੁਣ ਉਹਦਾ ਪਿਤਾ ਜਿਹੜਾ ਹੈ ਕਰਤਾਰ ਸਿੰਘ, ਉਹ ਇੰਨੇ ਕੁ ਜ਼ਿਆਦਾ ਨਸ਼ਿਆਂ ਵਿੱਚ ਪੈ ਗਿਆ ਸੀਗਾ ਕਿ ਉਹਨੂੰ ਨਸ਼ੇ ਦੀ ਇੰਨੀ ਕੁ ਲੱਤ ਲੱਗੀ ਹੋਈ ਸੀ ਕਿ ਉਹਨੇ ਘਰ ਦੇ ਜਿਹੜੇ ਭਾਂਡੇ ਵੀ ਹਨ ਨਾ ਉਹ ਵੀ ਵੇਚਣੇ ਸ਼ੁਰੂ ਕਰ ਦਿੱਤੇ ਸੀ। ਠੀਕ ਹੈ, ਅਮਰੀਕ ਨੂੰ ਇੱਕ ਧੱਕਾ ਜਿਹਾ ਲੱਗਾ। ਉਸ ਸੋਚਿਆ ਜੇ ਕਿਧਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਤੇ ਉਹ ਕੀ ਮੂੰਹ ਦਿਖਾਉਂਦਾ। ਹੋ ਸਕਦਾ ਸੀ ਉਸਦਾ ਪਿਓ ਘਰ ਤੋਂ ਪਿੱਛੋਂ ਲੋਕਾਂ ਦੇ ਭਾਂਡੇ ਵੀ ਚੁੱਕਣੇ ਸ਼ੁਰੂ ਕਰ ਦਿੰਦਾ। ਤੇ ਇਹ ਸਭ ਕੁਝ ਸੋਚਦਿਆਂ ਉਹ ਜਿਵੇਂ ਨਮੋਸ਼ੀ ਵਿੱਚ ਗਰਕ ਹੁੰਦਾ ਜਾ ਰਿਹਾ ਸੀ, ਦੁੱਖ ਵਿੱਚ, ਦਰਦ ਵਿੱਚ। ਤੁਸੀਂ ਛੱਡੋ ਉਹਦੀਆਂ ਗੱਲਾਂ, ਉਹ ਤਾਂ ਚੈਂਚਲ ਦੀ ਹੱਟੀ ਚ ਵੜ ਕੇ ਕਈ ਵਾਰ ਨਸਵਾਰ ਵੀ ਲੈਂਦਾ ਸੀ, ਨਸ਼ਾ ਹੈ ਇੱਕ ਤਰ੍ਹਾਂ ਦਾ। ਤੇ ਹੁਣ ਤਾਂ ਫੀਮ ਦੀ ਥਾਂ ਉਹ ਨਸ਼ੇ ਦੀਆਂ ਗੋਲੀਆਂ ਜਿਹੀਆਂ ਵੀ ਖਾਂਦਾ ਸੀ, ਤੇ ਉਹ ਬੀੜਾ ਜਿਹਾ ਵੀ ਲੈਂਦਾ ਸੀ। ਮਤਲਬ ਉਹ ਕਾਫੀ ਜ਼ਿਆਦਾ ਨਸ਼ੇ ਕਰਨ ਲੱਗ ਪਿਆ ਸੀ। ਮਹਿੰਦਰ ਦੀ ਇਹ ਗੱਲ ਸੁਣ ਕੇ ਅਮਰੀਕ ਨੇ ਸੋਚਿਆ, ਚੰਗਾ ਹੋਇਆ ਉਹਦੇ ਪਿਓ ਦੀਆਂ ਇਹ ਗੱਲਾਂ ਉਸ ਕੋਲੋਂ ਲੱਕੀਆਂ ਰਹੀਆਂ ਸਨ। ਇੰਜ ਉਹ ਸ਼ਰੇਆਮ ਨਹੀਂ ਸੀ ਕਰਦਾ, ਇਸ ਲਈ ਹੋ ਸਕਦਾ ਹੈ ਲੋਕਾਂ ਨੂੰ ਵੀ ਉਸਦੀਆਂ ਇਹਨਾਂ ਗੱਲਾਂ ਦਾ ਪਤਾ ਨਾ ਹੀ ਹੋਵੇ। ਤੇ ਜੇ ਉਹਦਾ ਪਿਓ ਸ਼ਰੇਆਮ ਭਾਂਡੇ ਚੁੱਕਦਾ, ਨਸਵਾਰ ਲੈਂਦਾ ਤੇ ਗੋਲੀਆਂ ਖਾ ਕੇ ਡਿੱਗਦਾ ਰਹਿੰਦਾ, ਤੇ ਉਹਨਾਂ ਦੇ ਪਰਿਵਾਰ ਦੀ ਕੋਈ ਇੱਜ਼ਤ ਰਹਿਣੀ ਸੀ ਭਲਾ? ਅੱਗੇ ਵੱਡੀ ਕੁੜੀ ਦੇ ਸਾਕ ਟੁੱਟਣ ਦੀ ਨਮੋਸ਼ੀ ਨੇ ਉਹਦੀ ਜ਼ਮੀਰ ਨੂੰ ਧੁਰ ਅੰਦਰੋਂ ਜ਼ਖਮੀ ਕਰ ਦਿੱਤਾ ਹੋਇਆ ਹੈ। ਠੀਕ ਹੈ, ਫਿਰ ਉਹ ਫਾਈਨਲੀ ਸ਼ੁਕਰ ਕਰਦਾ ਹੈ ਕਿ ਮੈਨੂੰ ਉਹਦੇ ਪਿਓ ਆਪਣੇ ਪਿਓ ਦੀਆਂ ਇਹਨਾਂ ਗੱਲਾਂ ਬਾਰੇ ਨਹੀਂ ਸੀ ਪਤਾ, ਜੇ ਪਤਾ ਹੁੰਦਾ ਤੇ ਸ਼ਾਇਦ ਉਹ ਹੁਣ ਤੱਕ ਸ਼ਰਮਿੰਦਗੀ ਦੇ ਨਾਲ ਮਾਰ ਵੀ ਚੁੱਕਾ ਹੁੰਦਾ। ਠੀਕ ਹੈ, ਤੇ ਸ਼ਾਇਦ ਲੋਕਾਂ ਨੂੰ ਵੀ ਇਹ ਗੱਲਾਂ ਦਾ ਨਾ ਪਤਾ ਹੋਵੇ ਕਿ ਉਹ ਭਾਂਡੇ ਚੱਕ ਚੱਕ ਕੇ ਵੇਚੀ ਜਾਂਦਾ ਸੀ। ਠੀਕ ਹੈ, ਸੋ ਇਹਦੇ ਵਿੱਚ ਲਾਸਟ ਸਨੀ ਸਿੱਕਿੰਗ ਲਾਸਟ ਕੁਸ਼ਚਨ ਐਕਸਟਰਾ। ਠੀਕ ਹੈ, ਕੁਸ਼ਚਨ ਲਿਖ ਲਓ, ਪਿਤਾ ਦੀ ਸੱਚਾਈ ਦਾ ਪਤਾ ਲੱਗਣ ਤੇ ਅਮਰੀਕ ਸਿੰਘ ਨੇ ਚੰਗਾ ਕਿਉਂ ਆਖਿਆ? ਪਿਤਾ ਦੀ ਸੱਚਾਈ ਪਤਾ ਲੱਗਣ ਤੇ ਅਮਰੀਕ ਸਿੰਘ ਨੇ ਚੰਗਾ ਕਿਉਂ ਆਖਿਆ? ਕਿਉਂ ਆਖਿਆ ਸੀ? ਕਿਉਂਕਿ ਉਹਨੂੰ ਲੱਗਦਾ ਸੀ ਕਿ ਜੇ ਉਹਦੇ ਪਿਤਾ ਦੇ ਏਦਾਂ ਦੀਆਂ ਸੱਚਾਈਆਂ ਬਾਰੇ ਪਤਾ ਲੱਗ ਜਾਂਦਾ ਤੇ ਸ਼ਾਇਦ ਉਹਨੂੰ ਪਹਿਲਾਂ ਹੀ ਇੰਨੀ ਸ਼ਰਮਿੰਦਗੀ ਉਠਾਣੀ ਪੈਂਦੀ। ਠੀਕ ਹੈ, ਕਿਉਂ ਬੇਬੇ? ਠੀਕ ਗੱਲ ਹੈ, ਉਸਨੇ ਭਰੇ ਪਿਤੇ ਨੂੰ ਇਤਰਾਜ਼ ਸੀ ਕਿ ਉਹਦੀ ਮਾਂ ਨੇ ਉਸਨੂੰ ਰੁਪਏ ਕਰਜ਼ ਚੁੱਕਣ, ਜ਼ਮੀਨ ਗਹਿਣੇ ਪਾਉਣ ਤੇ ਇਸ ਤਰ੍ਹਾਂ ਉਹਦੇ ਪਿਓ ਦੀਆਂ ਵਿਗੜੀਆਂ ਆਦਤਾਂ ਬਾਰੇ ਕਿਉਂ ਨਹੀਂ ਸੀ ਦੱਸਿਆ? ਠੀਕ ਆ, ਹੋਰ ਝੂਠ ਥੋੜਾ, ਸਭ ਤੋਂ ਛੋਟੀ ਕੁੜੀ ਬੋਲ ਪਈ। ਇਸ ਹਿਸਾਬ ਨਾਲ ਤਾਂ ਜਿਹੜੀ 2 ਕਿੱਲੇ ਬਚਦੀ ਸੀ, ਜੇ ਜਿਉਂਦਾ ਰਹਿੰਦਾ ਤਾਂ ਉਹ ਵੀ ਗਹਿਣੇ ਪੈ ਜਾਣੀ ਸੀ ਤੇ ਪਿੱਛੇ ਰਹਿ ਜਾਣਾ ਸੀ। ਗੱਲ ਅਮਰੀਕ ਦੇ ਮੂੰਹ ਵਿੱਚ ਹੀ ਸੀ ਕਿ ਮਹਿੰਦਰ ਬੋਲ ਪਿਆ, ਪਿੱਛੋਂ ਰਹਿ ਜਾਣਾ ਸੀ ਠੁਣ ਠੁਣ ਗੋਪਾਲ। ਠੀਕ ਹੈ, ਹੁਣ ਉਹਨਾਂ ਕੋਲੋਂ ਕਰ ਕਰਾਂਦੇ ਕਿੰਨੀ ਜ਼ਮੀਨ ਬਚੀ ਸੀ? ਸਿਰਫ 2 ਕਿੱਲੇ। ਮਹਿੰਦਰ ਗੱਲ ਕਰਕੇ ਫਿੱਕਾ ਜਿਹਾ ਹੱਸਿਆ ਤੇ ਉਸਦੇ ਹੱਸ ਵਿੱਚ ਨਾ ਕੋਈ ਖੁਸ਼ੀ ਸੀ ਤੇ ਨਾ ਹੀ ਕੋਈ ਦਰਦ।
ਅਜੀਬ ਤਰ੍ਹਾਂ ਦਾ ਇੱਕ ਬੇਰੰਗ ਹਾਸਾ ਹਨੇਰੇ ਵਿੱਚ ਹੀ ਪਰਿਵਾਰ ਦੇ ਹੋਰ ਵੀ ਇੱਕ ਦੋ ਜੀਵ ਹੌਲੀ ਜਿਹੀ ਹੱਸੇ। ਇੰਝ ਲੱਗਦਾ ਸੀ ਜਿਵੇਂ ਉਹਨਾਂ ਨੂੰ ਮਹਿੰਦਰ ਦੀ ਆਖੀ ਗੱਲ ਸਰਬਸੰਮਤੀ ਨਾਲ ਪ੍ਰਵਾਨ ਸੀ ਤੇ ਉਹ ਇਸ ਘਰ ਦੇ ਸਾਈਂ ਦੇ ਸਿਰ ਵੇਲੇ ਤੁਰ ਜਾਣ ਤੇ ਜਿਵੇਂ ਸੁਰਖਰੂ ਮਹਿਸੂਸ ਕਰ ਰਹੇ ਸਨ। ਸੁਰਖਰੂ ਮਤਲਬ ਕਿ ਬਦਿਆ ਮਹਿਸੂਸ ਕਰ ਰਹੇ ਸਨ। ਉਹਨਾਂ ਲੱਗਦਾ ਸੀਗਾ ਕਿ ਸ਼ਾਇਦ ਕੋਈ ਮੁਸੀਬਤ ਟਲ ਗਈ ਹੈ। ਠੀਕ ਹੈ, ਫਾਈਨਲੀ ਉਹ ਹੱਸ ਰਹੇ ਸਨ ਕਿ ਜੇ ਉਹ ਜਿੰਦਾ ਰਹਿੰਦਾ ਤੇ ਉਹ ਉਹਨੇ ਦੋ ਕਿੱਲੇ ਵੀ ਗਹਿਣੇ ਪਾ ਦੇਣੀ ਸੀ ਤੇ ਉਹਨਾਂ ਤੋਂ ਬਚਣਾ ਕੁਛ ਨਹੀਂ ਸੀ। ਠੀਕ ਹੈ, ਸੋ ਇਹਦੇ ਵਿੱਚ ਹੀ ਲਾਸਟ ਐਕਸਟਰਾ ਕੁਐਸਚਨ ਕਿ ਘਰ ਦੇ ਸਾਈਂ ਦੇ ਸਿਰ ਵੇਲੇ ਤੁਰ ਜਾਣ ਤੇ ਸਾਰੇ ਸੁਰਖਰੂ ਮਹਿਸੂਸ ਕਿਉਂ ਕਰ ਰਹੇ ਸਨ? ਸੁਰਖਰੂ ਘਰ ਦੇ ਸਾਈਂ ਦੇ ਜਾਂ ਆਪਣੇ ਪਿਤਾ ਦੇ ਸਮੇਂ ਸਿਰ ਤੁਰ ਜਾਣ ਤੇ ਸਾਰੇ ਸੁਰਖਰੂ ਮਹਿਸੂਸ ਕਿਉਂ ਕਰ ਰਹੇ ਸਨ? ਠੀਕ ਹੈ, ਸੁਰਖਰੂ ਮਹਿਸੂਸ ਇਸ ਕਰਕੇ ਕਰ ਰਹੇ ਸਨ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਉਹ ਵੀ ਜ਼ਮੀਨ ਨਾ ਵਿਕ ਜਾਂਦੀ। ਕਲੀਅਰ ਹੈ ਬੇਟਾ ਸਟੋਰੀ? ਠੀਕ ਹੈ, ਅੰਗ ਸੰਗ ਟਾਈਟਲ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਦਾ ਪਿਤਾ ਹਾਲੇ ਵੀ ਉਹਨਾਂ ਦੇ ਨਾਲ ਹੀ ਰਹਿ ਰਿਹਾ ਹੈ। ਜਿਸ ਤਰ੍ਹਾਂ ਦੀਆਂ ਉਹ ਗੱਲਾਂ ਉਹ ਸੁਣ ਰਿਹਾ ਸੀ, ਉਹਨੂੰ ਲੱਗਦਾ ਸੀਗਾ ਕਿ ਸ਼ਾਇਦ ਪਿਤਾ ਹੁਣ ਵੀ ਕੋਲ ਹੈ, ਹੁਣ ਵੀ ਸਾਡੇ ਘਰ ਨੂੰ ਵੇਚ ਦਏਗਾ, ਹੁਣ ਵੀ ਜ਼ਮੀਨ ਜਿਹੜੀ ਹੈ ਗਹਿਣੇ ਪਾ ਦੇਵੇਗਾ। ਠੀਕ ਹੈ, ਤੇ ਕਿਤੇ ਨਾ ਕਿਤੇ ਉਹ ਆਪਣੇ ਪਹਿਲਾਂ ਪਿਤਾ ਨੂੰ ਬਹੁਤ ਵਧੀਆ ਮੰਨਦਾ ਸੀ, ਪਰ ਜਦੋਂ ਜਦੋਂ ਉਹਨੂੰ ਪਿਤਾ ਦੀ ਸੱਚਾਈ ਦਾ ਪਤਾ ਲੱਗਦਾ ਗਿਆ ਕਿ ਕਿਸ ਤਰ੍ਹਾਂ ਉਹਦਾ ਪਿਤਾ ਜਿਹੜਾ ਸੀ ਉਹ ਨਸ਼ੇ ਕਰਦਾ ਸੀ, ਹਨਾ, ਆਲੇ ਦੁਆਲੇ ਝੂਠ ਬੋਲਦਾ ਸੀ, ਭਾਂਡੇ ਵੀ ਵੇਚ ਦਿੰਦਾ ਸੀ, ਫਿਰ ਉਹਨੂੰ ਆਪਣੇ ਪਿਤਾ ਤੋਂ ਹੌਲੀ ਹੌਲੀ ਕਰਕੇ ਨਫ਼ਰਤ ਹੋਣੀ ਸ਼ੁਰੂ ਹੋ ਗਈ ਸੀ। ਠੀਕ ਹੈ, ਕਲੀਅਰ ਹੈ? ਤੋ ਇਹ ਤੋਂ ਸਿੱਖਿਆ ਕੀ ਮਿਲਦੀ ਹੈ ਕਿ ਸਾਨੂੰ ਕਦੀ ਵੀ ਗਲਤ ਕੰਮ ਨਹੀਂ ਕਰਨੇ ਚਾਹੀਦੇ, ਕਦੀ ਵੀ ਨਸ਼ੇ ਨਹੀਂ ਕਰਨੇ ਚਾਹੀਦੇ, ਕਿਉਂਕਿ ਜੇ ਆਪਾਂ ਇੱਕ ਵਾਰੀ ਨਸ਼ਿਆਂ ਚ ਪੈ ਜਾਈਏ ਤਾਂ ਸਾਡਾ ਆਪਣੀ ਲਾਈਫ ਵੀ ਖਰਾਬ ਹੁੰਦੀ ਹੈ। ਕਿਉਂਕਿ ਉਹਦੇ ਪਿਤਾ ਦੀ ਉਮਰ ਕਿੰਨੀ ਸੀ ਸਾਰੀ? 45 ਈਅਰਸ। ਠੀਕ ਹੈ, ਨਸ਼ੇ ਕਰਦਾ ਸੀ, ਸ਼ਰਾਬ ਪੀਂਦਾ ਸੀ, ਇਸ ਲਈ ਉਹ 45 ਈਅਰਸ ਸੀ ਉਹ ਮਰ ਗਿਆ, ਕਿਉਂਕਿ ਜਿਹੜੇ ਨਸ਼ੇ ਹੈ ਉਹ ਸਰੀਰ ਨੂੰ ਅੰਦਰੋਂ ਹੀ ਅੰਦਰੋਂ ਖੋਖਲਾ ਕਰ ਦਿੰਦੇ ਆ। ਠੀਕ ਹੈ, ਸੋ ਘਰ ਦੀ ਰਿਸਪੋਂਸਿਬਿਲਟੀ ਸਾਨੂੰ ਸਮਝਣੀ ਚਾਹੀਦੀ ਹੈ ਵੱਡੇ ਹੋਣ ਦੇ ਨਾਤੇ, ਤੇ ਹਰ ਕੰਮ ਚੰਗੀ ਤਰ੍ਹਾਂ ਨਾਲ ਤੇ ਇਮਾਨਦਾਰੀ ਨਾਲ ਕਰਨਾ ਚਾਹੀਦਾ ਤਾਂ ਕਿ ਜਦੋਂ ਉਹ ਬੰਦਾ ਇਸ ਦੁਨੀਆ ਤੋਂ ਚੱਲ ਵੀ ਜਾਵੇ ਤਾਂ ਉਹਦੀ ਵਾਹ ਵਾਹੀ ਹੋਵੇ। ਇਹ ਨਾ ਹੋਵੇ ਕਿ ਉਹਦੇ ਜਾਣ ਤੋਂ ਬਾਅਦ ਉਹਦੇ ਪਰਿਵਾਰ ਵਾਲੇ ਹੀ ਖੁਸ਼ ਹੋਣ ਕਿ ਸ਼ੁਕਰ ਕਰੋ ਉਹ ਤੁਰ ਗਿਆ। ਠੀਕ ਹੈ, ਇਸ ਤਰ੍ਹਾਂ ਦੇ ਕੰਮ ਨਾ ਕਰੋ, ਚੰਗੇ ਕੰਮ ਕਰੋ। ਠੀਕ ਹੈ, ਤਾਂ ਕਿ ਜੱਗ ਦੇ ਵਿੱਚ ਹਮੇਸ਼ਾ ਤੁਹਾਡੀ ਪ੍ਰੇਸ ਹੋਵੇ। ਕਲੀਅਰ ਹੈ ਜੀ ਸਟੋਰੀ? ਸੋ ਜਿਹੜੇ ਹੁਣ ਇਹਦੀ ਬੈਕ ਐਕਸਰਸਾਈਜ਼ ਦੇ ਕੁਐਸਚਨ ਨੇ, ਪਹਿਲਾਂ ਤੇ ਜਿਹੜੇ ਮੈਂ ਤੁਹਾਨੂੰ ਕਰਵਾ ਤੇ ਉਹ ਐਕਸਟਰਾ ਕੁਐਸਚਨ ਸੀ, ਉਹਨਾਂ ਨੂੰ ਜਸਟ ਲਿਖ ਲਈਓ ਫੇਅਰ ਕਾਪੀ ਤੇ। ਠੀਕ ਹੈ, ਆਨਸਰਸ ਲਿਖਣਾ ਚਾਹੁੰਦੇ ਹੋ ਤਾਂ ਵੈਲ ਐਂਡ ਗੁੱਡ ਹੈ। ਹੁਣ ਜਿਹੜੇ ਟੈਕਸਟ ਬੁੱਕ ਦੇ ਕੁਐਸਚਨ ਨੇ, ਇਹ ਤੁਹਾਨੂੰ ਆਪਣੀ ਫੇਅਰ ਕਾਪੀ ਤੇ ਲਿਖਣੇ ਹੀ ਪੈਣਗੇ। ਓਕੇ, ਸੋ ਫਸਟ ਕੁਐਸਚਨ, ਇਸ ਕਹਾਣੀ ਵਿੱਚ ਅਜਿਹੀ ਕਿਹੜੀ ਘਟਨਾ ਵਾਪਰੀ ਜਿਸ ਕਾਰਨ ਘਰ ਵਿੱਚ ਹਨੇਰੇ ਵਾਤਾਵਰਣ ਵਰਗੀ ਚੁੱਪ ਛਾਈ ਹੋਈ ਸੀ? ਹਾਂਜੀ, ਐਨੀਵਨ, ਕਿਹੜੀ ਘਟਨਾ ਵਾਪਰੀ ਸੀ ਜਿਹਦੇ ਕਰਕੇ ਸਾਰਾ ਪਰਿਵਾਰ ਪਹਿਲਾਂ ਜਦੋਂ ਸਟਾਰਟਿੰਗ ਵਿੱਚ ਸੀ ਉਦੋਂ ਸਾਰਾ ਪਰਿਵਾਰ ਬੜੀ ਚੁੱਪ ਚਾਪ ਬੈਠਾ ਹੋਇਆ ਸੀ? ਯੈਸ, 10 ਸੀ। ਆਨਸਰਸ ਤਾਂ ਤੁਸੀਂ ਹੀ ਦੇਣੇ ਨੇ। ਠੀਕ ਹੈ, ਅਗਰ ਤੁਸੀਂ ਆਨਸਰਸ ਨਹੀਂ ਦੇਣਾ ਚਾਹੁੰਦੇ ਹੋ ਤਾਂ ਮੈਂ ਡਿਸਕਸ ਨਹੀਂ ਕਰਾਂਗੀ, ਤੁਹਾਨੂੰ ਖੁਦ ਹੀ ਲਿਖਣੇ ਪੈਣਗੇ। ਓਕੇ ਜਸਲੀਨ। ਮੈਮ, ਇਸ ਕਹਾਣੀ ਵਿੱਚ ਅਮਰੀਕ ਸਿੰਘ ਦੇ ਪਿਤਾ ਕਰਤਾਰ ਸਿੰਘ ਦੀ ਮੌਤ ਹੋ ਗਈ ਸੀ ਨਸ਼ਿਆਂ ਦੇ, ਰਾਤ ਨੂੰ ਜ਼ਿਆਦਾ ਨਸ਼ਾ ਕਰਨ ਕਰਕੇ। ਕਰਤਾਰ ਸਿੰਘ ਸਵੇਰੇ ਬੇਹੋਸ਼ ਪਿਆ ਸੀ ਤੇ ਉਸਨੂੰ ਹੋਸਪਿਟਲ ਲਿਜਾਂਦਾ ਗਿਆ ਤੇ ਅਗਲੇ ਦਿਨ ਉਹ ਮਰ ਗਿਆ ਤੇ ਉਸਨੂੰ ਘਰ ਲਿਆਂਦਾ ਗਿਆ, ਤੇ ਜਿਸ ਕਰਕੇ ਸਾਰੇ ਖਾਮੋਸ਼ ਸਨ ਤੇ ਉਹਨਾਂ ਨੂੰ ਕਰਤਾਰ ਸਿੰਘ ਦੇ ਵੱਖ ਵੱਖ ਚਿਹਰੇ ਨਜ਼ਰ ਆ ਰਹੇ ਸਨ। ਠੀਕ ਹੈ, ਕਿਹੜੀ ਘਟਨਾ ਵਾਪਰੀ ਸੀ? ਗੁੱਡ ਜਸਲੀਨ, ਕਿ ਜਦੋਂ ਭੋਗ ਪਿਆ ਸੀ ਤੇ ਸਾਰੇ ਬੜੇ ਚੁੱਪ ਕਰਕੇ ਬੈਠੇ ਹੋਏ ਸਨ, ਉਹਨਾਂ ਨੂੰ ਲੱਗਦਾ ਸੀਗਾ ਕਿ ਅਮਰੀਕ ਜਿਹੜਾ ਕਰਤਾਰ ਸਿੰਘ ਹੈ ਉਹਨਾਂ ਨੂੰ ਕਦੀ ਡੰਗਰਾਂ ਵਾਲੀ ਸਾਈਡ ਤੇ ਕਦੀ ਵਿਹੜੇ ਦੇ ਵਿੱਚ ਇੱਧਰ ਉੱਧਰ ਉਹਨਾਂ ਨੂੰ ਦਿਖ ਰਿਹਾ ਹੈ। ਠੀਕ ਹੈ, ਤੇ ਇਹ ਸਾਰੀ ਮੌਤ ਜਦੋਂ ਹੋ ਗਈ ਸੀ ਉਹ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ ਤੇ ਚੁੱਪ ਬਸਰੀ ਹੋਈ ਸੀ। ਕਿਉਂ? ਕਿਉਂਕਿ ਅਮਰੀਕ ਸਿੰਘ ਦੇ ਮੋਢਿਆਂ ਤੇ ਹੁਣ ਸਾਰੀ ਜ਼ਿੰਮੇਦਾਰੀ ਆ ਗਈ ਸੀ, ਤਾਂ ਇਸ ਲਈ ਸਾਰੇ ਪਾਸੇ ਚੁੱਪ ਸੀ, ਸਾਰੇ ਬੜੇ ਉਦਾਸ ਸਨ। ਠੀਕ ਹੈ, ਨੈਕਸਟ ਹੈ, ਸੁਸਾਇਟੀ ਦੇ ਇੰਸਪੈਕਟਰ ਨੇ ਅਮਰੀਕ ਸਿੰਘ ਨੂੰ ਕਿਸ ਗੱਲ ਦੀ ਰਿਆਇਤ ਦਿੱਤੀ ਅਤੇ ਕਿਉਂ?
ਇਹ ਮੈਂ ਤੁਹਾਨੂੰ ਐਕਸਟਰਾ ਕੁਐਸਚਨਸ ਵੀ ਲਿਖਵਾਇਆ ਹੈ ਬਟ ਉਹ ਥੋੜਾ ਡਿਫਰੈਂਟ ਹੈ। ਹਾਂਜੀ ਗੁਰਸਿਮਰ गुड मॉर्निंग मैम। गुड मॉर्निंग बेटा। मैम आंसर है अमरीक अमरीक सिंह दे पिता करतार सिंह ने सोसाइटी तो 1650 रुपए खाद दे कर्जे लई लए सन। ऐ पैसे कानूनी रूप विच कर्ज सी। मौत पिछों किश्त भी जमा करानी पैनी सी जो कि अमरीत सिंह ने करनी सी। सोसाइटी दे इंस्पेक्टर ने उस तो किश्ता विच पैसे जमा करवाण लई कहा। पहली किश्त नहीं उसने 15 दिन की मोहलत दिती और रियायत भी उसने मुलाजम भरा होने दे नाते दिती सी। ठीक है वेरी गुड राइट बेटा। ये जो भोग पै गया सी उस तो बाद विच सोसाइटी दा इंस्पेक्टर आया सी तो उन्हें क्या सीगा कि तेरे पिता करतार सिंह ने खाद लई है कर्जे ते केड़ी 1650 रुपए। ठीक है 1650 रुपए उन्हें खाद लई है कर्जा लिया है तो वह जड़ी हुण रकम है वह सारी की सारी अमरीक सिंह नूं क्योंकि वह उहदा पुत्तर सी उहनूं देनी पएगी। उहनूं लगा कि हुण सारी उहनूं रकम जड़ी है वह इको ही वार देनी पएगी पर क्योंकि वह भी मुलाजम सी इंस्पैक्टर भी मुलाजिम है मुलाजिम भरा होने के नाते उन्होंने दो किश्तां कर लिया। पहली उन्हें कहा कि मैनूं 15 दिन पहला मैं तेनूं 15 दिन की मोहलत दे फिर दूसरी कहिंदा फिर मैं तेनूं बाद विच 15 दिनां बाद दे दवांगा। ठीक है नेक्स्ट है करतार सिंह दे छोटी उम्रे ही दुनिया तो तुर जाण दे की कारण सन। गुरसिमर करतार सिंह बहुत शराब पींदा सी ओ फीम दा नशा भी करदा सी। इस तो इलावा भी होर कई तरह दे नशे नशियां दियां दवाइयां खांदा सी। ऐ सारा कुछ ही उसनू छोटी उम्र दे विच इस कारण ही उस दी छोटी उम्र दे विच दुनिया तो तुर जाना पिया। ठीक है गुरसिमर जैस्मीन तो है नहीं ना थोड़ी क्लास विच कोई? जसलीन है ना जैस्मीन तो है नहीं कोई ना। जैस्मिन मैम वो शायद 9th-8th में है हमारी क्लास में नहीं। ओके थैंक यू बेटा। यस जसलीन मैम करतार सिंह दा बहुत नशा करन करके उसकी छोटी उम्र विच मौत हो गई। वो एक नस्वर नाम दा नशा करदा सी ते नशे दियां फीम दे नाल नाल नशे दियां भी गोलियां खांदा सी जिस करके छोटी उम्र विच ही उसकी मौत हो गई। ठीक है और बाकी किथे ने सारे शिवांश ध्रुव मेहता मेहुल अमृतपाल। ठीक है यस मेहुल ओके है तो तुसी क्लास ही हो बट तुसी पार्टिसिपेट नहीं कर रहे दैट्स व्हाई आई एम आस्किंग। ठीक है ओके दुनिया तो तुर जाने के की कारण सन क्योंकि वो बहुत ज्यादा नशे करता सी उन्हें गोलियां नशे दियां खानियां शुरू कर दित्तियां अफीम खानी शुरू कर दित्ती नसवार खानी शुरू कर दित्ती ते नशा ओदे हड्डां विच इन्ना कु ज्यादा रच चुका सी कि उन्हें भांडे बेचने शुरू कर दित्ते सन। ठीक है ते यही कारण है कि उहदी छोटी उम्र विच ही मौत होगी 45 साल यह भी तुसी लिख सकते हो 45 साल का सी। ठीक है नेक्स्ट है बचपन विच अमरीक किहो जिहे बाप की कल्पना करता है अते क्यों। ਉਹਨੂੰ ਲੱਗਦਾ ਸੀ ਕਿ ਬਚਪਨ ਵਿੱਚ ਉਹਦਾ ਬਾਪ ਕਿੱਦਾਂ ਦਾ ਹੋਏਗਾ। ਕ੍ਰਿਸ਼ਾਨ ਅਮਰੀਕ ਦਾ ਪਿਓ ਉਸਨੂੰ ਬਹੁਤ ਪਿਆਰ ਕਰਦਾ ਸੀ। ਉਸਦੀ ਸਰੀਰਕ ਬਣਤਰ ਅਜਿਹੀ ਸੀ ਕਿ ਉਹ ਨੌਜਵਾਨ ਹੀ ਜਾਪਦਾ ਸੀ। ਅਮਰੀਕ ਨੂੰ ਜਦ ਵੀ ਕੋਈ
ਅਜਨਬੀ ਉਸਦੇ ਪਿਤਾ ਬਾਰੇ ਪੁੱਛਦਾ ਤਾਂ ਕਰਤਾਰ ਸਿੰਘ ਨੂੰ ਉਹ ਅਮਰੀਕ ਦਾ ਵੱਡਾ ਭਰਾ ਹੀ ਸਮਝਦਾ। ਅਮਰੀਕ ਨੂੰ ਇਹ ਚੰਗਾ ਨਹੀਂ ਲੱਗਦਾ ਸੀ। ਉਸ ਦੀ ਨਜ਼ਰ ਵਿੱਚ ਸਾਰੇ ਪਿਓਆਂ ਨੂੰ ਸਿਆਣੇ ਸਿਆਣੇ ਅਤੇ ਤੁੱਲੀ ਦਾੜੀ ਵਾਲੇ ਹੋਣਾ ਚਾਹੀਦਾ ਹੈ। ਠੀਕ ਹੈ, ਗੁੱਡ, ਓਕੇ। ਕਿਸੇ ਕੋਲ ਕੋਈ ਐਕਸਟਰਾ ਲਾਈਨ ਹੋਵੇ? ਠੀਕ ਹੈ ਕ੍ਰਿਸ਼ਾਨ ਤੁਹਾਡਾ, ਰਾਈਟ, ਕਿ ਉਹ ਉਹਦੇ ਬਚਪਨ ਵਿੱਚ ਉਹ ਅਮਰੀਕ ਕਿਹੋ ਜਿਹੇ ਬਾਪ ਦੀ ਕਲਪਨਾ, ਉਹਨੂੰ ਲੱਗਦਾ ਸੀਗਾ ਕਿ ਉਹਦਾ ਜਿਹੜਾ ਬਾਪ ਹੈ ਉਹ, ਕਿਉਂਕਿ ਉਹ ਦੇਖੋ 45 ਸਾਲ ਦਾ ਸੀ, ਠੀਕ ਹੈ, ਤੇ ਉਹਨੂੰ ਲੱਗਦਾ ਸੀਗਾ ਕਿ ਉਹਦਾ ਜਿਹੜਾ ਬਾਪ ਹੈ ਉਹ ਬੁੱਢਾ ਜਿਹਾ ਹੋਣਾ ਚਾਹੀਦਾ ਹੈ, ਚਿੱਟੇ ਵਾਲਾ ਵਾਲਾ, ਹਨਾ। ਤੇ ਜਦੋਂ ਉਹ ਪਿਤਾ ਉਹਨੂੰ ਦਾਖਲ ਕਰਵਾਉਣ ਗਿਆ ਸੀ ਪਹਿਲੀ ਜਮਾਤ ਵਿੱਚ, ਤੇ ਫਿਰ ਜਦੋਂ ਉਹ ਅੱਗੇ ਸਕੂਲ ਦੇ ਵਿੱਚ ਜਮਾਤਾਂ ਉਹਨੇ ਕੰਟੀਨਿਊ ਕੀਤੀਆਂ, ਤੇ ਸਾਰੇ ਉਹਨੂੰ ਕੀ ਕਹਿੰਦੇ ਹੁੰਦੇ ਸਨ, ਇਹ ਤਾਂ ਤੇਰਾ ਭਰਾ ਹੀ ਹੈ, ਕੋਈ ਉਹਨੂੰ ਪਿਓ ਨਹੀਂ ਸੀ ਕਹਿੰਦਾ ਹੁੰਦਾ। ਉਹਨੂੰ ਲੱਗਦਾ ਸੀਗਾ ਕਿ ਮੇਰਾ ਪਿਓ ਵੀ ਏਦਾਂ ਦਾ ਹੋਣਾ ਚਾਹੀਦਾ ਹੈ ਜਿਹੜਾ ਬਾਕੀ ਪਿਓਵਾਂ ਦੀ ਤਰ੍ਹਾਂ ਸਿਆਣਾ, ਬਿਰਧ, ਇਸ ਤਰ੍ਹਾਂ ਦਾ ਲੱਗੇ। ਠੀਕ ਹੈ, ਨੈਕਸਟ ਹੈ, ਅਮਰੀਕ ਦੇ ਦਾਦੇ ਨੇ ਗਹਿਣੇ ਪਈ ਆਪਣੀ ਪੈਲੀ ਨੂੰ ਕਿਵੇਂ ਛੁਡਾਇਆ? ਗੁਰਸਿਮਰ, ਅਮਰੀਕ ਦੇ ਦਾਦੇ ਨੇ ਕਈ ਸਾਲ ਵਿਦੇਸ਼ਾਂ ਦੇ ਵਿੱਚ ਕੰਮ ਕੀਤਾ। ਉਸਦਾ ਫਜ਼ੂਲ ਖਰਚੀ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਸੀ। ਠੀਕ ਹੈ, ਉਸਨੇ ਹੌਲੀ ਹੌਲੀ ਮਿਹਨਤ ਕੀਤੀ ਤੇ ਨਾਲ ਪੈਸਾ ਜੋੜ ਕੇ ਰਹਿਣੇ ਪਾਈ ਸਾਰੀ 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 ਉਹਨੂੰ ਛੁਡਾਇਆ, ਜ਼ਮੀਨ ਸਾਰੀ ਪਹਿਲੀ ਨੂੰ ਛੁਡਾਇਆ। ਠੀਕ ਹੈ, ਓਕੇ, ਗੁੱਡ। ਜਸਲੀਨ, ਓਕੇ, ਠੀਕ ਹੈ ਬੇਟਾ, ਮੇਰਾ ਵੀ ਸੇਮ ਹੀ ਆਨਸਰ ਸੀ। ਓਕੇ ਓਕੇ, ਰਾਈਟ, ਗੁੱਡ, ਕਿ ਉਹਨੇ ਆਪਣੀ ਪੈਲੀ ਨੂੰ, ਪੈਲੀ ਕਿਹਨੂੰ ਕਹਿੰਦੇ ਨੇ? ਜ਼ਮੀਨ, ਠੀਕ ਹੈ, ਜ਼ਮੀਨ, ਕਿਉਂਕਿ ਕਰਤਾਰ ਸਿੰਘ ਦਾ ਜਿਹੜਾ ਪਿਤਾ ਸੀ ਉਹ ਕਿੱਥੇ ਰਹਿੰਦਾ ਸੀ? ਵਿਦੇਸ਼ ਵਿੱਚ, ਕਿਹੜਾ? ਸਿੰਗਾਪੁਰ, ਸਿੰਗਾਪੁਰ ਰਹਿੰਦਾ ਸੀ। ਤਾਂ ਉਹ ਕਹਿੰਦਾ ਹੈ ਕਿ ਉਹਨੇ ਕੀ ਕੀਤਾ ਹੈ ਕਿ ਬੜੇ ਮਿਹਨਤ ਕੀਤੀ ਹੈ, ਠੀਕ ਹੈ। ਪਹਿਲਾਂ ਉਹ ਜਦੋਂ ਕਰਤਾਰ ਸਿੰਘ ਨੂੰ ਸਮਝਾਉਂਦਾ ਹੈ, ਜਦੋਂ ਛੁੱਟੀ ਕੱਟ ਕੇ ਆਇਆ ਹੁੰਦਾ ਹੈ, ਕਿ ਮੈਂ ਕਿੱਦਾਂ ਸਾਰੀ ਜ਼ਮੀਨ ਨੂੰ ਛੁਡਾਇਆ ਸੀ, ਪੈਲੀ ਨੂੰ, ਗਹਿਣੇ ਪਈ ਜਿਹੜੀ ਪੈਲੀ ਹੈ ਉਹਨੂੰ ਛੁਡਵਾਇਆ ਸੀ, ਪੈਸਾ ਜੋੜ ਜੋੜ ਕੇ ਮੈਂ ਦਿਨ ਰਾਤ ਕੰਮ ਕੀਤਾ ਸੀ, ਠੀਕ ਹੈ, ਉੱਥੇ ਫਜ਼ੂਲ ਖਰਚੇ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ ਕਰਦਾ। ਤੇ ਇਹੀ ਗੱਲਾਂ ਉਹ ਆਪਣੇ ਪੁੱਤਰ ਕਰਤਾਰ ਸਿੰਘ ਨੂੰ ਸਮਝਾਉਂਦਾ ਸੀਗਾ ਕਿ ਤੂੰ ਵੀ ਫਜ਼ੂਲ ਖਰਚੀ ਨਾ ਕਰ, ਠੀਕ ਹੈ। ਓਕੇ, ਰਾਈਟ, ਤੇ ਉਹ ਆਪਣੇ ਪੁੱਤਰ ਨੂੰ ਵੀ ਸਮਝਾਉਂਦਾ ਸੀਗਾ ਕਿ ਤੂੰ ਵੀ ਫਜ਼ੂਲ ਖਰਚੀ ਨਾ ਕਰ, ਤੂੰ ਵੀ ਪੈਸੇ ਜੋੜ, ਠੀਕ ਹੈ, ਤੇ ਵਾਹੀ ਕਰ। ਨੈਕਸਟ ਹੈ, ਕਰਤਾਰ ਸਿੰਘ ਆਪਣੀ ਭੈਣ ਦੀਆਂ ਕੁੜੀਆਂ ਦੇ ਵਿਆਹ ਦੀ ਚਿੱਠੀ ਆਉਣ ਤੇ ਕਿਉਂ ਖਿਝਿਆ ਰਹਿੰਦਾ ਸੀ? ਮੇਹੁਲ, ਕਰਤਾਰ ਸਿੰਘ ਦੀ ਭੈਣ ਨੇ ਆਪਣੇ ਭਰਾ ਨੂੰ ਬੰਨ ਠੰਨ ਕੇ ਆਉਣ ਲਈ ਕਿਹਾ ਸੀ। ਵਾਹੀ ਵਿੱਚੋਂ ਕੁਝ ਬਚਦਾ ਨਹੀਂ ਸੀ, ਪੈਸੇ ਦਾ ਪ੍ਰਬੰਧ ਕੋਈ ਹੋਇਆ ਵੀ ਨਹੀਂ ਸੀ, ਇਸ ਲਈ ਉਹ ਹਰ ਦਮ ਖਿਝਿਆ ਰਹਿੰਦਾ ਸੀ। ਠੀਕ ਹੈ, ਓਕੇ, ਗੁੱਡ। ਹਰਸ਼ ਸਾਨੀ, ਮੈਮ, ਕਲਾਸ ਮੇ ਕੁਛ ਫੇਕ ਆਈਡੀਜ਼ ਹੈ, ਰਾਹੁਲ ਔਰ ਜ਼ੂਮ ਹੈਲਪਲਾਈਨ ਕਰਕੇ। ਓਕੇ ਓਕੇ, ਠੀਕ, ਕਰਤਾਰ ਕਿ ਉਹ ਹਰ ਟਾਈਮ ਖਿੱਚਿਆ ਖਿੱਚਿਆ ਰਹਿੰਦਾ ਸੀ ਕਿਉਂਕਿ ਪੈਸੇ ਦਾ ਕੋਈ ਵੀ ਪ੍ਰਬੰਧ ਨਹੀਂ ਸੀ ਹੋ ਰਿਹਾ, ਠੀਕ ਹੈ, ਤੇ ਉਹਨੂੰ ਲੱਗਦਾ ਸੀਗਾ ਕਿ ਉਹਦੀ ਭੈਣ ਦੇ ਵਿਆਹ ਜਿਹੜਾ ਹੈ, ਪ੍ਰੋਪਰਲੀ ਐਕਸਪਲੇਨ ਕਰੋ, ਠੀਕ ਹੈ, ਕਿ ਉਹਦੀ ਜਿਹੜੀ ਭੈਣ ਦਾ ਵਿਆਹ ਹੈ ਉਹ ਨਹੀਂ ਸੀ ਹੋਣਾ। ਉਹਨੂੰ ਲੱਗਦਾ ਸੀਗਾ ਕਿ ਉਹਦੀ ਭੈਣ ਕਹਿੰਦੀ ਸੀਗੀ ਕਿ ਮੈਂ ਕਿਹੜਾ ਕੁੜੀਆਂ ਦੇ ਵਿਆਹ ਰੱਖੇ ਹੋਏ ਹਨ, ਹਨਾ, ਬਾਰ ਬਾਰ ਨਹੀਂ ਆਉਣੇ ਇਹ ਵਿਆਹ ਜਿਹੜੇ ਨੇ ਉਹ ਇੱਕੋ ਵਾਰੀ ਆਉਣੇ ਨੇ, ਠੀਕ ਹੈ। ਤੇ ਫਿਰ ਉਹਨੇ ਕੀ ਕੀਤਾ ਸੀਗਾ ਕਿ ਜਿਹੜੀ ਜ਼ਮੀਨ ਸੀਗੀ ਉਹ ਗਹਿਣੇ ਪਾ ਦਿੱਤੀ। ਪਹਿਲਾਂ ਉਹ ਆਪਣੀ ਪਤਨੀ ਜਾਗੀਰ ਕੌਰ ਕੋਲ ਗਿਆ ਸੀਗਾ, ਉੱਥੇ ਉਹਨੇ ਜਦੋਂ ਉਹ ਤੋਂ ਗਹਿਣੇ ਮੰਗੇ ਸਨ ਤੇ ਉਹਨੇ ਮਨਾ ਕਰ ਦਿੱਤਾ। ਫਿਰ ਉਹਨੂੰ ਹਾਰ ਕੇ ਪਹਿਲਾਂ ਉਹਨੇ ਆਪਣੀ ਪਤਨੀ ਨੂੰ ਕੁੱਟਿਆ, ਜਦੋਂ ਪਤਨੀ ਨੇ ਗਹਿਣੇ ਦੇਣ ਤੋਂ ਮਨਾ ਕਰ ਦਿੱਤਾ, ਫਿਰ ਉਹਨੇ ਹਾਰ ਕੇ ਆਪਣੀ ਜਿਹੜੀ ਜ਼ਮੀਨ ਹੈ ਉਹ ਗਹਿਣੇ ਪਾ ਦਿੱਤੀ, ਠੀਕ ਹੈ। ਨੈਕਸਟ ਹੈ, ਉਹ ਪੌਣਾ ਕਿੱਲਾ ਤਾਂ ਪਿਛਲੇ ਸਾਲ ਦਾ ਗਹਿਣੇ ਕਰ ਦਿੱਤਾ ਹੈ, ਜਾਗੀਰ ਕੌਰ ਨੇ ਇਹ ਸ਼ਬਦ ਕਿਉਂ ਕਹੇ? ਜਾਂ ਇਹ ਆ ਸਕਦਾ ਹੈ ਕਿ ਜਾਗੀਰ ਕੌਰ ਨੇ ਇਹ ਸ਼ਬਦ ਕਿਸ ਨੂੰ ਕਹੇ ਤੇ ਕਿਉਂ ਕਹੇ? ਲਾਸਟ ਦੇ ਵਿੱਚ ਇਹਦਾ ਆਂਸਰ ਜਾ ਕੇ ਮਿਲੇਗਾ। ਪੌਣਾ ਕਿੱਲਾ ਤਾਂ ਪਿਛਲੇ ਸਾਲ ਦਾ ਗਹਿਣੇ ਕਰ ਦਿੱਤਾ ਹੈ, ਪੌਣਾ ਕਿੱਲਾ ਕਿਉਂ ਉਹਨੇ ਮੰਗਿਆ ਸੀ? ਮੇਹੁਲ,
ਅਮਰੀਕ ਚਾਹੁੰਦਾ ਸੀ ਕਿ ਉਸ ਪੌਣੇ ਕਿਲੇ ਵਿੱਚ ਪੱਠੇ ਬੀਜੇ ਜਾਣ। ਜਗੀਰ ਕੌਰ ਨੇ ਉਸ ਨੂੰ ਦੱਸਿਆ ਕਿ ਪਿਛਲੇ ਸਾਲ ਉਸ ਦੀ ਭੈਣ ਦੀ ਸੱਸ ਤੇ ਇਕੱਠ ਤੇ ਜਾਣ ਲਈ ਪੈਸਿਆਂ ਦਾ ਪ੍ਰਬੰਧ ਕਰਨ ਲਈ ਉਹ ਪੌਣਾ ਕਿਲਾ ਤਾਂ ਪਿਛਲੇ ਸਾਲ ਦਾ ਗਹਿਣਾ ਕਰ ਦਿੱਤਾ ਗਿਆ ਹੈ। ਠੀਕ ਹੈ, ਓਕੇ ਓਕੇ ਰਾਈਟ। ਕਿ ਜਦੋਂ ਉਹ ਆਪਣੇ ਭਰਾ ਨੂੰ ਕਹਿੰਦਾ ਨਾ, ਮਹਿੰਦਰ ਨੂੰ ਕਹਿੰਦਾ ਆ ਕਿ ਜਿਹੜਾ ਪੌਣਾ ਕਿਲਾ ਹੈ ਉਹ ਜੀਤੇ ਕੋਲ ਹੈ, ਠੀਕ ਹੈ, ਤੇ ਉਹ ਉੱਥੇ ਜਾ ਕੇ ਵਾਹੀ ਕਰੇ, ਠੀਕ ਹੈ, ਤੇ ਉੱਥੇ ਜਾ ਕੇ ਉਹ ਝੋਨਾ ਬੀਜੇ। ਤੇ ਫਿਰ ਉਹਦੀ ਮਾਂ ਕਹਿੰਦੀ ਹੈ ਕਿ ਉਹ ਜਿਹੜਾ ਪੌਣਾ ਕਿਲਾ ਸੀਗਾ ਉਹ ਤਾਂ ਪਿਛਲੇ ਹੀ ਸਾਲ ਗਹਿਣੇ ਕਰ ਦਿੱਤਾ ਸੀ ਜਦੋਂ ਉਹਦੀ ਵੱਡੀ ਭੈਣ ਅਮਰੀਕ ਦੀ ਭੈਣ ਦੇ ਸੱਸ ਦੇ ਇਕੱਠ ਤੇ ਗਏ ਸਨ, ਠੀਕ ਹੈ। ਤੇ ਅਮਰੀਕ ਇਹ ਗੱਲ ਸੁਣ ਕੇ ਬਹੁਤ ਹੀ ਜ਼ਿਆਦਾ ਦੁਖੀ ਹੋਇਆ ਸੀ, ਰਾਈਟ। ਲਾਸਟ ਕੁਸ਼ਚਨ, ਅਮਰੀਕ ਸਿੰਘ ਨੂੰ ਆਪਣੇ ਘਰਦਿਆਂ ਨਾਲ ਕਿਸ ਗੱਲ ਦਾ ਇਤਰਾਜ਼ ਸੀ? ਇਤਰਾਜ਼ ਹੁੰਦਾ ਹੈ ਉਹਨੂੰ, ਮਤਲਬ ਕਿ ਕਿਸ ਗੱਲ ਦੀ ਓਬਜੈਕਸ਼ਨ ਸੀ ਘਰਦਿਆਂ ਦੇ ਨਾਲ? ਗੁਰਸਿਮਰ, ਅਮਰੀਕ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਉਸਦੇ ਘਰ ਦੀਆਂ ਨੇ ਆਪਣੇ ਸਿਰ ਤੇ ਇੰਨਾ ਕਰਜ਼ਾ ਕਿੱਦਾਂ ਚੜਾ ਲਿਆ ਹੈ, ਉਹਨਾਂ ਨੇ ਪੈਸੇ ਕਿੱਥੇ ਵਰਤ ਲਏ ਹਨ। ਉਸਨੂੰ ਮਾਂ ਨਾਲ ਵੀ ਇਤਰਾਜ਼ ਸੀ ਕਿ ਉਹ ਸਾਰਾ ਕੁਝ ਉਸ ਕੋਲੋਂ ਲੁਕਾਉਂਦੀ ਰਹਿੰਦੀ ਸੀ। ਉਸਦੇ ਪਿਓ ਦੀਆਂ ਵਿਗੜੀਆਂ ਆਦਤਾਂ ਬਾਰੇ ਵੀ ਉਹ ਅਣਜਾਣ ਸੀ। ਠੀਕ ਹੈ, ਓਕੇ ਰਾਈਟ। ਕਿ ਅਮਰੀਕ ਸਿੰਘ ਨੂੰ ਆਪਣੇ ਘਰਦਿਆਂ ਦੇ ਨਾਲ ਇਤਰਾਜ਼ ਇਸ ਲਈ ਸੀਗੀ ਕਿਉਂਕਿ ਉਹਨੂੰ ਲੱਗਦਾ ਸੀਗਾ ਕਿ ਇੱਕ ਤਾਂ ਘਰਦਿਆਂ ਨੇ ਉਹਨੂੰ ਕਦੀ ਕੁਛ ਨਹੀਂ ਸੀ ਦੱਸਿਆ ਉਹਦਾ ਪਿਤਾ ਕਿੱਦਾਂ ਨਸ਼ੇ ਕਰਦਾ ਸੀਗਾ, ਕਿ ਉਹਨੇ ਇੰਨੀ ਸਾਰੀ ਜ਼ਮੀਨ ਗਹਿਣੇ ਪਾਈ ਸੀ। ਆਪਣੀ ਮਾਤਾ ਦੇ ਨਾਲ ਵੀ ਉਹਨੂੰ ਥੋੜ੍ਹਾ ਬਹੁਤਾ ਗੁੱਸਾ ਗਿਲਾ ਸੀ ਕਿ ਉਹਦੀ ਮਾਤਾ ਸਾਰਾ ਕੁਛ ਲੁਕਾਉਂਦੀ ਰਹੀ ਸੀ, ਜਦਕਿ ਉਹ ਆਪਣੇ ਤਨਖਾਹ ਦੇ ਪੈਸੇ ਤਾਂ ਉਹਨਾਂ ਨੂੰ ਸਮੇਂ ਸਿਰ ਪਾ ਰਿਹਾ ਸੀ, ਠੀਕ ਹੈ। ਤੇ ਇਸ ਲਈ ਉਹ ਹਮੇਸ਼ਾ ਇਤਰਾਜ਼ ਕਰਦਾ ਰਹਿੰਦਾ ਸੀ, ਠੀਕ ਹੈ।